ਸਿਰਫ 40 ਰੁਪਏ ਦੇਖੋ ਜੀ, ਇਹ ਨਹੀਂ ਹੈ ਵੱਡਾ ਸਾਈਜ਼ ਦਿਖਾ ਰਹੇ, ਬੱਚੇ ਦਾ ਮਾਲ ਪਾਵਾਂਗੇ, ਸਾਫ ਸੁਥਰਾ ਕੰਮ ਹੈ। ਦੇਖੋ ਜੀ ਇਹ 6-6 ਪ੍ਰਿੰਟ ਹੈ, ਇਹ ਸਾਈਜ਼ ਹੈ ਜੀ ਪੂਰਾ ਸਟੈਂਡਰਡ ਸਾਈਜ਼ ਹੈ। 40 ਰੁਪਏ ਰੇਟ ਲਿਖਿਆ ਜੀ, ਚੈੱਕ 40 ਰੁਪਏ ਦਾ ਆ ਗਿਆ ਜੀ ਪਜਾਮਾ। ਬਾਜ਼ਾਰ ਦੇ ਵਿੱਚ 35-35 ਰੁਪਏ ਹੁੰਦੇ ਫਕੀਰ ਦੇ, ਬੱਚਿਆਂ ਦੇ ਮਾਲ ਵੇਖ ਕੇ ਭੇਜੀ ਜਾਂਦੇ 32-34-36। ਕਮੈਂਟਾਂ ਜ਼ਰੂਰ ਕਰੀਓ ਜਿਹੜੇ ਨਾ, ਇੱਧਰ ਸਾਫ ਸੁਥਰਾ ਕੰਮ ਹੈ ਜੀ ਆਪਣਾ। ਤੁਹਾਨੂੰ 40 ਰੁਪਏ 'ਚ ਵੱਡਾ ਸਾਈਜ਼ ਹੀ ਮਿਲੇਗਾ, ਤੁਸੀਂ ਇਹ ਦੇਖ ਲਓ। ਇਹ ਨਹੀਂ ਤੁਹਾਨੂੰ ਮੈਂ ਛੋਟਾ ਦਿਖਾਤਾ, ਦੂਜਾ ਪੀਸ ਵੀ ਖੋਲ ਕੇ ਦਿਖਾ ਦਿੰਦਾ। 40 ਰੁਪਏ ਰੇਟ ਦੇ ਵਿੱਚ ਹੀ ਆਏਗਾ। ਮਿਨੀਮਮ ਜਿਹੜਾ ਆਰਡਰ ਹੈ ਤੁਸੀਂ 2000 ਰੁਪਏ ਦਾ ਕਰ ਸਕਦੇ ਹੋ, ਅੱਜ ਚੈੱਕ ਕਰੋ ਜੀ ਸਾਈਜ਼। ਮਿਨੀਮਮ ਆਰਡਰ 2000 ਦੀ ਚਾਹੀਦਾ, ਔਰ ਵਿਦ ਮਿਆਨੀ ਚਾਈਨੀਜ਼ ਮਲਾਈ ਹੈ ਜੀ। ਤੁਹਾਨੂੰ ਇਹਨਾਂ ਦੇ ਸਾਈਜ਼ ਕਲਰ ਸਾਰੇ ਇਹਨਾਂ ਦੇ ਵੱਡੇ ਸਾਈਜ਼ ਵੀ ਮਿਲ ਜਾਣਗੇ, 5XL ਵੀ ਮਿਲ ਜਾਏਗਾ। ਆਹ ਦੇਖੋ ਜੀ 5XL ਹੈਗਾ ਜੀ 50 ਰੁਪਏ ਦਾ। ਤੁਹਾਨੂੰ ਜੀ 5XL ਪਜਾਮਾ ਇਹਨਾਂ ਦਾ 6-6 ਪੀਸ ਦਾ ਸੈੱਟ ਆਏਗਾ, 6-6 ਕਲਰ ਹੋਣਗੇ। ਤੁਸੀਂ ਮਿਨੀਮਮ ਜਿਹੜਾ ਵੀ ਆਰਡਰ ਕਰਨਾ ਚਾਹੁੰਦੇ ਹੋ, ਇਹ ਦੇਖੋ ਜੀ ਇਦਾਂ ਨਾਈਟ ਸ਼ੂਟ ਇਦਾਂ ਸਾਰੇ ਸੈੱਟ ਬਾਈ ਸੈੱਟ ਮਾਲ ਆਏਗਾ। ਖੋਲ ਕੇ ਦਿਖਾਓਗੇ ਭਾਜੀ? ਰੈਸ ਆਲੋ ਭਾਜੀ, ਸਾਰੀ ਵੈਰਾਈਟੀ ਦਿਖਾ ਲਵਾਂ ਜੀ। ਹੁਣ ਦਿਓ ਇਹਦੇ ਵਿੱਚ ਜੀ XL 40 ਰੁਪਏ, XXL 50 ਰੁਪਏ, 3-5XL ਹੋ ਗਏ 60 ਰੁਪਏ, 300 ਜਾਣੇ ਮਲਾਈ ਦੇ ਵਿੱਚ। ਘੱਟੋ ਘੱਟ 100-150 ਪ੍ਰਿੰਟ ਆਣਾ, ਚੈੱਕ ਕਰ ਸਕਦੇ ਹੋ ਵਿਦ ਮਿਆਨੀ ਦਾ। 100-150 ਪ੍ਰਿੰਟ ਹੈ ਜੀ ਇਹ ਜੀ। ਤੁਸੀਂ 5000 ਦਾ ਮਾਲ ਮੰਗਾਇਆ, ਸਮਝ ਲਓ 10000 ਹੋਣਾ ਤੁਹਾਡਾ, 100 ਰੁਪਏ ਸੇਲ 'ਚ ਵਿਕਣਾ ਜੀ। ਆਹ ਦੇਖੋ ਜੀ, ਹੁਣ ਤੁਹਾਨੂੰ ਮੈਂ ਦਿਖਾ ਲਵਾਂ ਜੀ ਨਾਈਟ ਸ਼ੂਟ ਦੀ ਵੈਰਾਈਟੀ। ਆਹ ਚੈੱਕ ਕਰ ਲਓ ਭਾਜੀ, ਨਾਈਟ ਸ਼ੂਟ ਦੇ ਡਿਜ਼ਾਈਨ ਸਾਰੇ ਆਰਟੀਕਲ ਆ ਗਏ। ਆਹ ਦੇਖੋ ਜੀ ਪੂਰੇ ਮਲਾਈ 'ਚ ਜੀ, 3XL ਸਾਈਜ਼। ਇਹ ਰੇਟ ਕਿਹੜਾ ਭਾਜੀ ਮਲਾਈ ਦਾ? ਇਹਦਾ ਭਾਜੀ ਸਾਈਜ਼ ਮਿਲਨੇ ਤੁਹਾਨੂੰ 4 ਸਾਈਜ਼ ਮਿਲਨੇ ਆ, XL, XXL, 3XL। ਜਿਹੜਾ ਰੇਟ ਹੈ ਜੀ 75 ਰੁਪਏ, 85 ਰੁਪਏ, 95 ਰੁਪਏ, 105 ਰੁਪਏ। ਆਹ ਦੇਖ ਲਓ ਜੀ, ਤੁਹਾਨੂੰ ਮੈਂ ਦਿਖਾ ਲਗਾ ਜੀ, ਇਹ ਹੈਗਾ 85 ਰੁਪਏ ਦਾ ਸਾਈਜ਼, ਇਹ ਹੈਗਾ XXL ਸਾਈਜ਼। ਇਹਦੇ 'ਚ XL ਲੋਗੇ 75 ਰੁਪਏ ਦਾ, ਠੀਕ ਹੈ ਜੀ। ਆਹ ਤੁਹਾਨੂੰ ਦਿਖਾਉਣਾ 85 ਰੁਪਏ ਦਾ ਨਾਈਟ ਸ਼ੂਟ ਹੈ, XXL ਲਾ ਦਿਓ। ਦੇਖੋ ਪੂਰਾ ਚੈੱਕ ਕਰੋ, ਵਿਦ ਮਿਆਨੀ ਵਾਲਾ ਔਰ ਮਲਾਈ ਕੱਪੜਾ ਪੂਰਾ। ਇੱਦਾਂ ਸੈੱਟ ਆਉਣੇ ਜੀ 12-12 ਪੀਸ ਦੇ, ਇੱਕ ਪੀਸ ਵੀ ਡਬਲ ਨਹੀਂ ਆਏਗਾ। ਚੈੱਕ ਕਰ ਸਕਦੇ ਹੋ ਤੁਸੀਂ, ਸਾਰੇ ਪ੍ਰਿੰਟ ਅਲੱਗ ਅਲੱਗ ਆਉਣੇ ਆ। XL 75 ਰੁਪਏ, XXL 85 ਰੁਪਏ, 3XL ਤੁਹਾਨੂੰ ਦਿਖਾਉਣ ਲੱਗਾ ਜੀ। ਇਹ ਦੇਖੋ ਆਹ 3XL ਹੈ ਜੀ, ਇਹ 95 ਰੁਪਏ ਔਰ ਵਿਦ ਚਾਕ ਵਾਲਾ। ਇਹਦੇ 'ਚ 5XL ਹੋ ਗਏ, 105 ਰੁਪਏ। ਸਾਈਜ਼ ਆਪਣੇ ਪੂਰੇ ਸਟੈਂਡਰਡ ਹੈ ਜੀ, ਤੁਹਾਨੂੰ ਮੈਂ ਸਾਈਜ਼ ਜ਼ਰੂਰ ਮੈਂਸ਼ਨ ਕਰਾਵਾਂਗਾ, ਖੋਲ ਕੇ ਦਿਖਾਵਾਂਗਾ। ਆਹ ਦੇਖੋ ਭਾਜੀ, ਆਹ ਦੇਖੋ ਜੀ ਸਾਈਜ਼, ਦੇਖੋ ਆਪਣਾ ਪਜਾਮੇ ਆ ਸਾਈਜ਼। ਆਹ ਦੇਖੋ ਜੀ, ਤੁਹਾਨੂੰ ਛੋਟੀ ਦਿਖਾਉਣਾ ਮਿਆਨੀ ਨਾਲ ਹੈ ਸਾਈਜ਼। ਤੁਹਾਨੂੰ ਜਿਨ੍ਹਾਂ ਨੂੰ ਇਹ ਸਾਈਜ਼ ਨਾ, ਇਹ 95 ਵਾਲਾ ਨਾਈਟ ਸ਼ੂਟ ਨਹੀਂ ਆਏਗਾ, ਚੈੱਕ ਕਰ ਸਕਦੇ ਹੋ। ਓਵਰਲੈਕ ਫੋਲਡਿੰਗ ਦੇ ਪੂਰੇ ਸਟੈਂਡਰਡ ਪੀਸ ਨੇ, 4 ਸਾਈਜ਼ ਨੇ, 75, 85, 95, 105। ਇਹ ਪ੍ਰਿੰਟ ਇੱਦਾਂ ਆਣਗੇ, 75, 85, 95। ਹਾਂਜੀ ਹਾਂਜੀ। ਹੁਣ ਭਾਜੀ ਤੁਹਾਨੂੰ ਇੱਥੇ ਦਿਖਾਉਣ ਲੱਗਾ ਜੀ, ਸ਼ੁਰੂ ਕਰ ਰਹੇ ਜੀ ਪਜਾਮੇ, ਕਾਟਨ ਦੇ ਪਜਾਮੇ ਆ ਗਏ, ਪਜਾਮਾ ਆ ਗਿਆ ਸ਼ਫੀ ਦਾ ਪਜਾਮਾ। ਸ਼ਫੀ ਦਾ ਪਜਾਮਾ ਕੀ ਰੇਟ ਹੈ ਜੀ? 75 ਰੁਪਏ ਦੀ, 10-10 ਪੀਸ ਦਾ ਪ੍ਰਿੰਟ ਹੈ, 75 ਰੁਪਏ ਦਾ ਜੀ, 75 ਰੁਪਏ ਦਾ 10-10 ਪੀਸ ਦਾ ਪੈਕਟ ਆਏਗਾ ਜੀ, 10-10 ਪੀਸ ਦਾ ਪੈਕਟ, 75 ਰੁਪਏ ਦਾ ਪਜਾਮਾ ਸ਼ਫੀ ਟਾਣੀਆਂ ਦੇ, 10-10 ਪੀਸ ਦੇ ਸ਼ਫੀ ਦਾ ਪਜਾਮਾ ਆ ਗਿਆ ਜੀ, 75 ਰੁਪਏ ਦਾ ਪੀਸ ਆ ਗਿਆ ਜੀ, 75 ਰੁਪਏ। ਦੇਖੋ ਜੀ ਜੇਡੀ ਦਾ ਪਲਾਜ਼ੋ ਆ ਗਿਆ ਚਾਈਨੀਜ਼, ਕੀ ਰੇਟ ਕਿਹੜਾ ਜੇਡੀ ਪਲਾਜ਼ੋ? ਜੀ ਮਾਰਕੀਟ ਦੇ ਵਿੱਚ ਰੇਟ 60-62 ਰੁਪਏ ਆਪਣੇ ਕੋਲ ਰੇਟ ਮਿਲੇਗਾ ਜੀ, 57 ਰੁਪਏ। 57 ਰੁਪਏ ਦਾ? 57 ਲੋ ਜੀ, 57 ਰੁਪਏ ਦਾ ਆ ਗਿਆ ਜੀ ਪਲਾਜ਼ੋ, 15-20 ਪ੍ਰਿੰਟ ਮਿਲਣਗੇ, 57 ਰੁਪਏ ਰੇਟ ਹੈ ਜੀ। 57 ਰੁਪਏ ਦਾ ਪਲਾਜ਼ੋ ਜੀ। ਆ ਦੇਖੋ ਟੀ ਸ਼ਰਟ ਆ ਗਈ ਜੀ ਪੂਰੀ, ਟੀ ਸ਼ਰਟ ਤੇ ਨਾਈਟ ਸੂਟ, ਸੋਰੀ ਨਾਈਟ ਸੂਟ ਹੈ ਜੀ, ਐਕਸਲ ਸਾਡੇ ਦਿਖਾਣਾ ਭੁੱਲ ਗਿਆ ਸੀ, 75 ਰੁਪਏ ਦਾ ਨਾਈਟ ਸੂਟ ਹੈ, 75 ਰੁਪਏ ਦਾ ਨਾਈਟ ਸੂਟ ਆ ਗਿਆ ਜੀ, 75 ਰੁਪਏ ਦਾ ਨਾਈਟ ਸੂਟ ਆ ਗਿਆ ਜੀ। 75 ਦਾ ਪਲਾਜ਼ੋ ਤੁਹਾਨੂੰ ਮਿਲ ਜਾਏਗਾ ਜੀ, 57 ਰੁਪਏ, ਘੱਟੋ ਘੱਟ 20 ਤੋਂ 25 ਪ੍ਰਿੰਟ ਤੁਹਾਨੂੰ ਇਹਨਾਂ 'ਚ ਮਿਲਣਗੇ, 20 ਤੋਂ 25 ਪ੍ਰਿੰਟ ਆਣਗੇ ਜੀ, 20 ਤੋਂ 25 ਪ੍ਰਿੰਟ ਆ ਗਏ ਜੀ, 20 ਤੋਂ 25 ਪ੍ਰਿੰਟ ਆ ਗਏ ਜੀ। ਆਹ ਦੇਖੋ ਜੀ ਚਾਈਨੀ ਟੀ ਸ਼ਰਟ, ਸਭ ਦੀ ਵੀਡੀਓ ਦੇਖੋ, ਮੇਰੀ ਵੀਡੀਓਸ ਨੂੰ ਥੋੜਾ ਜਿਹਾ ਧਿਆਨ ਦਿਓ। 67 ਰੁਪਏ, 67 ਰੁਪਏ ਜੀ, 67 ਆਲ ਓਵਰ। ਇਹ ਨਹੀਂ ਹੈ ਖਾਲੀ ਅੱਗੇ ਪ੍ਰਿੰਟ ਪਿੱਛੇ ਪਲੇਨ ਦਿਖਾਣਾ, ਹੋਰ ਦੇਣਾ ਹੋਰ, ਉਹ ਕੰਮ ਨਹੀਂ ਹੋਏਗਾ, ਸਾਫ ਸੁਥਰਾ ਕੰਮ ਹੈ ਜੀ। ਤੁਹਾਨੂੰ ਮਿਲੀ ਹੈ ਜੀ 67 ਰੁਪਏ ਦੀ। ਹਾਲੋ ਜੀ 67 ਲੌਂਗ ਟੀ ਸ਼ਰਟ ਆ ਗਈ, ਸਾਈਜ਼ ਦੇਖੋ ਕਿੰਨਾ ਵੱਡਾ ਆ ਗਿਆ, 100 ਰੁਪਏ ਦੀ, ਸਿਰਫ 100 ਰੁਪਏ ਦੀ, 100 ਰੁਪਏ ਦੀ ਭਾਜੀ। ਹਾਲੋ ਜੀ 5-6 XL ਤੋਂ ਵੀ ਉੱਪਰ ਸਾਈਜ਼ ਹੈ ਜੀ, 10-10 ਪੀਸ ਦਾ ਸੈੱਟ ਆਣਾ ਤੁਹਾਨੂੰ, 10-10 ਪੀਸ ਆ ਗਏ। ਦੇਖੋ ਜੀ 10-10 ਪੀਸ ਦਾ ਸੈੱਟ ਆ ਗਿਆ ਜੀ, ਕੋਈ ਸਿੰਗਲ ਪੀਸ ਵਾਲਾ ਫੋਨ ਨਾ ਕਰੇ, ਟੋਟਲੀ ਜੋ ਵੀ ਹੈ ਹੋਲਸੇਲ ਵਾਲੇ ਜੀ, ਹੋਲਸੇਲ ਮਿਨੀਮਮ ਆਰਡਰ ਜੋ ਵੀ ਹੈ 5000 ਰੁਪਏ ਦਾ ਆਏਗਾ। ਹਾਲੋ ਜੀ ਚੈੱਕ ਕਰ ਲਓ, 100 ਰੁਪਏ ਦੀ ਟੀ ਸ਼ਰਟ ਆ, ਤੁਸੀਂ 150 ਰੁਪਏ ਦੀ ਹੱਸ ਕੇ ਵੇਚ ਸਕਦੇ ਹੋ। ਹਾਲੋ ਜੀ, ਆਲੋ ਆਲੋ ਕਮਾਲ ਕਰਦੀ ਚੀਜ਼ ਦੇਖੋ, 5000 ਦਾ ਮਾਲ ਮੰਗਾਣਾ ਹੈ, 5000 ਦਾ ਤੁਹਾਡਾ 8-9 ਹਜ਼ਾਰ ਵੱਟ ਤੇ ਪਿਆ। ਆਹ ਦੇਖੋ ਜੀ ਬੱਚਿਆਂ ਦੀ ਟੀ ਸ਼ਰਟ ਆ ਗਈ, 65 ਰੁਪਏ ਦੀ ਜੀ, ਐਕਸਲ ਸਾਈਜ਼ ਕੁੜੀਆਂ ਦੀ ਟੀ ਸ਼ਰਟ ਹੈ ਜੀ, ਕੁੜੀਆਂ ਦੀ ਟੀ ਸ਼ਰਟ 65 ਰੁਪਏ ਜੀ, 65। ਆਹ ਦੇਖੋ ਜੀ ਇਹਦੇ ਵੱਡਾ ਸਾਈਜ਼ 75 ਰੁਪਏ। ਆਹ ਦੇਖੋ ਜੀ ਆ 75 ਰੁਪਏ, 10-10 ਪੀਸ ਦਾ ਸੈੱਟ ਆਏਗਾ ਜੀ, ਜਿਹੜਾ ਵੀ ਤੁਸੀਂ ਲੋਗੇ। ਸਿੰਗਲ ਪੀਸ ਵਾਲਾ ਫੋਨ ਨਾ ਕਰੋ, ਸਿੰਗਲ ਪੀਸ ਵਾਲਾ ਕੋਈ ਫੋਨ ਨਾ ਕਰੇ ਜੀ, 70 ਰੁਪਏ ਦੀ ਟੀ ਸ਼ਰਟ ਹੈ, 70 ਰੁਪਏ ਦੀ। ਆਹ ਦੇਖੋ ਜੀ ਇਹਨਾਂ ਦੇ ਸੈੱਟ ਆਣਾ, 10-10 ਪੀਸ ਦਾ ਤੁਹਾਨੂੰ ਦਿਖਾਉਣਾ। ਆਹ ਦੇਖੋ ਇਹ ਸਾਰੇ 70-70 ਰੁਪਏ ਵਾਲੇ ਪੀਸ ਨੇ, ਇਦਾਂ ਡਿਜ਼ਾਈਨ ਆਣੇ ਆ ਤੁਹਾਨੂੰ ਸਾਰੇ। ਜਿੰਨੇ ਪੀਸ 10 ਪੀਸ ਦਾ ਸੈੱਟ ਹੈ, 10 ਕਲਰ ਤੇ 10 ਡਿਜ਼ਾਈਨ ਮਿਲਨੇ ਤੁਹਾਨੂੰ, 10 ਪੀਸ 10 ਕਲਰ 10 ਡਿਜ਼ਾਈਨ ਜੀ। ਵਾਹ, ਇਹ ਤੁਹਾਡੇ 100 ਰੁਪਏ ਸੇਲ 'ਚ ਵੇਚਣ ਲਈ ਤੁਹਾਨੂੰ ਬਹੁਤ ਵਧੀਆ, 100 ਰੁਪਏ ਸੇਲ ਕਰ ਸਕਦੇ ਜੀ, 60 ਰੁਪਏ ਤੁਹਾਨੂੰ ਮਿਲਣੀ ਹੈ, 140 ਰੁਪਏ ਪੀਸ ਤੁਹਾਨੂੰ ਬਚੇਗਾ ਜੀ ਨਾਲ ਦੀ ਨਾਲ। ਆਲੋ ਜੀ ਹੁਣ ਪੀਸੀ ਦੇ ਟੀ ਸ਼ਰਟਾਂ ਹੋਰ ਆ ਗਈਆਂ ਜੀ ਹੈਵੀ। ਆਲੋ ਜੀ ਪੀਸੀ ਦੀ ਟੀ ਸ਼ਰਟ ਦਿਖਾ ਲਗਾ ਵਿਦ ਪਾਕਟ। ਆਲੋ ਜੀ ਵਿਦ ਪਾਕਟ ਆ ਗਈ ਜੀ, ਵਿਦ ਪਾਕਟ, ਵਿਦ ਪਾਕਟ ਦੀ 100 ਰੁਪਏ ਦੀ ਟੀ ਸ਼ਰਟ ਹੈ, ਸਿਰਫ 100 ਰੁਪਏ। ਪਾਕਟ ਵਾਲੀ ਡਬਲ ਪਾਕਟ ਹੈ ਜੀ, ਡਬਲ ਪਾਕਟ ਆ ਗਈ, ਕਲਰ ਆਣੇ 10-10 ਕਲਰ ਹੈ ਜੀ। ਆਲੋ ਜੀ
5 ਐਕਸਲ ਦਾ ਉਹ ਟੀ-ਸ਼ਰਟ ਹੈ ਜੀ 5 ਐਕਸਲ ਸਾਈਜ਼ 5 ਐਕਸਲ ਟੀ-ਸ਼ਰਟ ਜਿਹੜੇ ਹੈਲਦੀ ਤੋਂ ਹੈਲਦੀ ਲੇਡੀਜ਼ ਨੇ ਜਿਹੜੇ ਕਹਿੰਦੇ ਸਾਡੇ ਸਾਈਜ਼ ਨਹੀਂ ਮਿਲਦੇ ਆ ਲਓ ਆ ਦੇਖੋ ਜੀ 110 ਰੁਪਏ ਦੀ 110 ਰੁਪਏ ਜੀ 5 ਐਕਸਲ ਰੁਪਏ ਘੱਟੋ ਘੱਟ ਤੁਸੀਂ ਵੇਚ ਸਕਦੇ ਹੋ 200 ਰੁਪਏ ਤੁਸੀਂ ਸੇਲ ਕਰ ਸਕਦੇ ਜੀ ਆ ਦੇਖੋ ਜੀ ਚਾਈਨੀ ਨਾਈਟ ਸੂਟ ਆ ਗਿਆ ਚਾਈਨਾ ਦਾ 140 ਰੁਪਏ ਦਾ ਮਜ਼ਾਕ ਬੱਚੋ 50 ਵਿਕਦਾ ਪਿਆ 140 20 ਤੋਂ 25 ਪ੍ਰਿੰਟ ਤੁਸੀਂ ਕਿ ਕੋਈ ਨਵਾਂ ਕਸਟਮਰ ਹੈ ਨਾ ਜਿਹੜਾ ਪੇਮੈਂਟ ਪਾਉਣ ਤੋਂ ਡਰ ਰਿਹਾ ਹੈ ਜੋ ਆਰਡਰ ਕਰਨਾ ਚਾਹੁੰਦਾ ਸਾਨੂੰ ਉਹਨੂੰ ਮਤਲਬ ਉਹਦੇ ਨਾਲ ਕਈ ਵਾਰੀ ਆਨਲਾਈਨ ਚੈੱਕ ਫਰੋਡ ਬੜੇ ਹੁੰਦੇ ਉਹ ਸਾਨੂੰ ਆਰਡਰ ਕਰ ਦੇਵੇ ਉਹਨੂੰ ਪਹਿਲਾਂ ਬਿਲਟੀ ਸੈਂਡ ਕਰਾਂਗੇ ਫਿਰ ਸਾਨੂੰ ਪੇਮੈਂਟ ਪਾ ਦਿਓ ਚਲੋ ਵਾਹ ਜੀ ਵਾਹ ਕੋਈ ਇਸ਼ੂ ਨਹੀਂ ਹੈ ਕਿ ਤੁਸੀਂ ਸਾਡੇ ਕੋਲ 20000 ਤੋਂ ਉੱਪਰ ਆਰਡਰ ਕਰਦੇ ਹੋ ਨਾ ਤੁਹਾਨੂੰ GST ਟਰਾਂਸਪੋਰਟੇਸ਼ਨ ਪੈਕਿੰਗ ਚਾਰਜ ਸਭ ਇਨਕਲੂਡ ਹੈ ਪੇਡ ਬਿਲਟੀ ਬਣ ਕੇ ਆਏਗੀ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਣਗੇ ਪਹਿਲੇ ਮਤਲਬ ਪੈਸੇ ਪਾਣ ਦੀ ਲੋੜ ਨਹੀਂ ਠੀਕ ਹੈ ਜੀ ਜੇ ਕੋਈ ਨਵਾਂ ਬਾਅਦ ਚ ਪੈਸੇ ਪਾਣੇ ਜੋ ਬਿਲਟੀ ਮਿਲ ਜਾਏਗਾ ਵਾਹ ਜੀ ਵਾਹ ਕੀ ਬਾਤ 20000 ਰੁਪਏ ਦਾ ਕੋਈ ਮਾਲ ਆਰਡਰ ਕਰਨਾ ਚਾਹੁੰਦਾ ਹੈ ਉਹ ਸੈਟੀਸਫਾਈ ਨਹੀਂ ਹੈ ਕਸਟਮਰ ਉਹ ਸਾਨੂੰ ਆਰਡਰ ਕਰ ਦੇਵੇ ਅਸੀਂ ਉਹਨੂੰ ਉਹਦੇ ਨਾਮ ਦੀ ਉਹ ਸੇਮ ਡੇ ਦੀ ਜਿਹੜੀ ਟਰਾਂਸਪੋਰਟ ਤੇ ਉਹ ਕਿਹ ਕੋ ਤੁਹਾਨੂੰ ਬਿਲਟੀ ਸੈਂਡ ਕਰਾਂਗੇ ਫਿਰ ਸਾਨੂੰ ਪੇਮੈਂਟ ਪਾ ਦਿਓ ਪਹਿਲੇ ਬਿਲਟੀ ਲੀਜੀਏ ਬਾਅਦ ਮੇ ਪੇਮੈਂਟ ਆ ਰਹੀ ਵਾਹ ਕੀ ਬਾਤ ਸਿਸਟਮ ਦੇਖੋ ਕਿੰਨਾ ਵਧੀਆ ਕਰਤੇ ਕਿੰਨਾ ਵਧੀਆ ਸਿਸਟਮ ਕਰਤੇ ਯਾਰ ਦੇਖੀ ਜੀ 5 ਐਕਸਲ ਪੂਰੀ ਸੁਵਿਧਾਏ ਸ਼ੁਰੂ ਹੋ ਗਈ ਜੀ ਪੂਰੀ ਸੁਵਿਧਾਏ 20000 ਮਗਰ ਮੈਨੇ ਆਪਕੋ GST ਵੀ ਲੈਣੀ ਟਰਾਂਸਪੋਰਟੇਸ਼ਨ ਵੀ ਲੈਣੀ ਮੈਂ ਪੈਕਿੰਗ ਚਾਰਜ ਲੈਣਾ ਵਾਹ ਜੀ ਵਾਹ ਸਭ ਫ੍ਰੀ ਸਿਰਫ ਆ ਦੇਖੋ ਜੀ ਆ ਦੇਖੋ ਜੇ ਤੁਸੀਂ ਆਰਡਰ ਕਰੋਗੇ ਫਿਰ ਤੁਹਾਡੇ ਉੱਪਰ ਉਹ ਪੇਮੈਂਟ ਪਹਿਲਾਂ ਹੋਏਗੀ ਜਾਂ ਵੀਡੀਓ ਕਾਲ ਤੇ ਤੁਸੀਂ ਆਪਣਾ ਸ਼ੌਪ 10000 ਦਾ ਵੀ ਆਰਡਰ ਕਰ ਦਿਓ ਤਾਂ ਬਿਲਟੀ ਦੇ ਦਾਂਗੇ ਤਾਂ ਵੀ ਬਿਲਟੀ ਮਿਲ ਜਾਏਗੀ ਤੁਸੀਂ 10000 ਰੁਪਏ ਦਾ ਮਾਲ ਮੰਗਾਉਂਦੇ ਹੋ ਪੇਮੈਂਟ ਨਹੀਂ ਪਹਿਲਾਂ ਪਾਣਾ ਚਾਹੁੰਦੇ ਬਿਲਟੀ ਲੈਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਪਹਿਲਾਂ ਬਿਲਟੀ ਲੈ ਲਿਓ ਫਿਰ ਪੇਮੈਂਟ ਪਾ ਦਿਓ ਤੁਹਾਡੇ ਨਾਮ ਦੀ ਜਿਹੜੀ ਟਰਾਂਸਪੋਰਟ ਤੁਸੀਂ ਕਹੋਗੇ ਉਹਦੇ ਤੇ ਵਾਹ ਆ ਦੇਖੋ ਜੀ ਪੀਸੀ ਕੋਟਨ ਦੇ 9 ਛੋਟਾ ਭਾਜੀ ਐਕਸਲ ਡਬਲ ਐਕਸਲ 3 ਐਕਸਲ ਤਿੰਨਾਂ ਦਾ ਸੇਮ ਰੇਟ ਹੈ ਜੀ 250 250 ਦਾ ਇਹ ਪ੍ਰਿੰਟ ਇੱਥੇ ਦਾ ਇੱਥੇ ਚੜ ਗਿਆ ਪੀਸ ਵਾਪਸੀ ਹੈ ਜੀ ਵਾਹ ਜੀ ਵਾਹ ਕੀ ਬਾਤ ਇਹ ਪੂਰੇ ਗਾਰੰਟੀ ਵਾਲੇ ਪੀਸ ਹੈ ਜੀ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਤੇ ਡਿਜ਼ਾਈਨ ਮੈਂ ਤੁਹਾਨੂੰ ਵੀਡੀਓ ਨੂੰ ਕਹਿੰਦੇ ਜੀ ਵੀਡੀਓ ਜਿਹੜਾ ਕਿ ਪੈਸੇ ਬਾਅਦ ਚ ਪਾਣੇ ਪਹਿਲਾਂ ਤੁਹਾਨੂੰ ਬਿਲਟੀ ਵਾਹ ਕੀ ਬਾਤ ਹੈ ਪਹਿਲਾਂ ਜੀ ਇਸ ਟਾਈਮ ਸਿਸਟਮ ਬਹੁਤ ਵਧੀਆ ਚੇਂਜ ਕਰਤਾ ਜੀ ਦੇਖੋ ਜੀ ਸਾਫ ਸੁਥਰਾ ਕੰਮ ਹੈ ਇਹ ਦੇਖੋ ਐਕਸਲ ਡਬਲ ਐਕਸ ਐਮ ਐਲ ਐਕਸਲ ਡਬਲ ਐਕਸਲ 3 ਐਕਸਲ 5 ਸਾਈਜ਼ ਸੋਰੀ ਭੁੱਲ ਗਿਆ ਆ ਦੇਖੋ ਜੀ ਕੰਬੀਨੇਸ਼ਨ ਸਾਰਿਆਂ ਦੇ ਅਲੱਗ-ਅਲੱਗ ਆਣਗੇ ਤੁਸੀਂ ਇਹ ਪ੍ਰਿੰਟ ਇੱਥੇ ਦਾ ਇੱਥੇ ਚੜ ਗਿਆ ਵਾਪਸੀ ਹੈ ਜੀ ਫੁੱਲ ਇੰਸ਼ੋਰੈਂਸ ਦੇ ਨਾਲ ਹੈ ਗਾਰੰਟੀ ਦੇ ਨਾਲ ਆ ਲਓ ਜੀ ਆ ਲਓ ਰੇਟ ਹੈ ਜੀ 250 ਇਹ ਨਹੀਂ ਤੁਸੀਂ ਖਾਲੀ ਸਾਰੇ ਵੱਡੇ ਸਾਈਜ਼ ਲੈਂਦੇ ਮੈਂ ਵੱਡਾ ਰੇਟ ਲਾਉਂਗਾ ਤੁਹਾਡੀ ਮਰਜ਼ੀ ਜਿਹੜਾ ਸਾਈਜ਼ ਤੁਸੀਂ ਕਹੋਗੇ ਉਹ ਤੁਹਾਨੂੰ ਦੇਵਾਂਗੇ ਰੇਟ ਸਾਈਜ਼ ਰੇਟ ਸੇਮ ਹੈ ਸਾਈਜ਼ ਜਿਹੜੀ ਸਾਈਜ਼ ਦੀ ਕਸਟਮਰ ਨੂੰ ਨੀਡ ਹੈ ਉਹ ਸਾਈਜ਼ ਲੈ ਲਓ ਆ ਲਓ ਜੀ ਆ ਦੇਖੋ ਜੀ ਆ ਦੇਖੋ ਇਹਨਾਂ ਦੇ ਪਜਾਮੇ ਵੀ ਦੇਖੋ ਜੀ ਵਿਦ ਮਿਆਨੀ ਵਾਲੇ ਨਾਲੇ ਸਾਈਜ਼ ਦੇਖੋ ਪੂਰਾ ਸਟੈਂਡਰਡ ਨਾਲੇ ਪੀਸੀ ਕੋਟਨ ਆ ਗਿਆ ਜੀ ਪੀਸੀ ਕੋਟਨ ਭਾਜੀ ਰੀਜਨਲ ਇਹ ਨਹੀਂ 에ਅਰਜੈਟ ਨਹੀਂ ਹੈ ਪੀਸੀ ਕੋਟਨ ਪੀਸੀ ਕੋਟਨ ਦੇਖੋ ਜੀ ਆ ਦੇਖੋ ਨਾਲੇ ਦੇਖੋ ਜੀ ਟੀ-ਸ਼ਰਟ ਤੇ ਹਰ ਪੀਸ ਤੇ ਚਾਕ ਆਏਗੀ ਸਾਈਜ਼ ਚੈੱਕ ਕਰ ਸਕਦੇ ਹੋ ਮੇਰਾ ਐਕਸਲ ਸਾਈਜ਼ ਹੈ ਐਕਸਲ ਹੀ ਡਬਲ ਐਕਸਲ ਦੇ ਬਰਾਬਰ ਹੈ ਸਟੈਂਡਰਡ ਸਾਈਜ਼ ਹੈ ਕੀ ਬਾਤ ਹੈ ਜੀ ਤੁਸੀਂ ਬਾਕੀ ਦੀ ਬਿਲਟੀ ਪਹਿਲਾਂ ਲਈਓ ਕਿਸੇ ਤਰ੍ਹਾਂ ਇਸ਼ੂ ਨਹੀਂ ਹੁਣ ਬਾਕੀ ਜੀ ਤੁਹਾਨੂੰ ਮੈਂ ਦਿਖਾ ਦੇਣਾ ਦੋ ਚਾਰ ਕੋਟ ਸ਼ਰਟ ਦੀ ਆਈਟਮਾਂ ਕੋਟ ਸ਼ਰਟ ਕਿਹੜੇ ਤੁਸੀਂ ਕਰ ਰਹੇ ਭਾਜੀ ਕੋਟ ਸ਼ਰਟ ਦਿਖਾ ਦੇਣਾ ਭਾਜੀ ਇੱਕ ਨਾ ਪਲੇਨ ਪਜਾਮੇ ਦੇਖ ਦੋ ਦਿਖਾ ਦਿਓ ਮੰਨ ਲਓ ਜੀ ਪਲੇਨ ਪਜਾਮੇ ਵੀ ਵਾਹ ਇਹ ਪਲੇਨ ਪਜਾਮਾ ਹੈਗਾ ਜੀ ਐਕਸਲ ਡਬਲ ਐਕਸਲ 3 ਐਕਸਲ 5 ਐਕਸਲ ਆ ਦੇਖੋ ਜੀ ਐਕਸਲ ਸਾਈਜ਼ ਹੈ ਇਦਾਂ ਸੈਟਿੰਗ ਆਣੀ 6-6 ਪੀਸ ਦਾ ਪੈਕਿੰਗ ਆਣਾ ਰੇਟ ਹੈ ਜੀ 50 ਰੁਪਏ ਤੋਂ 10-10 ਰੁਪਏ ਦਾ ਵਾਧਾ 50-60-70-80 ਜੋ ਜੋ ਸਾਈਜ਼ ਵਧਦਾ ਜਾਏਗਾ 10-10 ਰੁਪਏ ਵਧ ਜਾਏਗਾ ਦੇਖੋ ਜੀ ਵਿਧ ਮਿਆਨੀ ਵਾਲਾ ਮਿਆਨੀ ਤੋਂ ਬਿਨਾ ਕੋਈ ਆਈਟਮ ਨਹੀਂ ਮਿਲੇਗੀ ਹਾਲੋ ਜੀ ਹਾਲੋ ਕਮਾਲ ਕਰ ਦਿੱਤੀ ਆ ਇਸ ਵਾਰ ਤੋਂ ਬਾਕੀ ਮਨ ਖੁਸ਼ ਹੋ ਜਾਏਗਾ ਜੀ ਆਪਕਾ ਮੈਂ ਤੁਹਾਨੂੂੰ ਦਿਖਾ ਦੇਗਾ ਆਈਟਮ ਥੋੜੀ ਜੀ ਫਰੋਕ ਸੂਟ ਦਿਖਾਏਗੇ ਆਪਕੋ ਥੋੜਾ ਸਾ ਫਰੋਕ ਸੂਟ ਮੈਂ ਆ ਜਾ ਦਿੱਤੇ ਆਈ ਕਾ ਜਿਹੜੀ ਸਭ ਤੋਂ ਜ਼ਿਆਦਾ ਮਾਰਕੀਟ ਚੱਲ ਰਹੀ ਹੈ ਅਫਗਾਨੀ ਸੂਟ ਅਫਗਾਨੀ ਸੂਟ ਆ ਗਿਆ ਜੀ ਆ ਦੇਖੋ ਜੀ ਗੋਲ ਘੇਰੇ ਵਾਲੇ ਪੀਸ ਨੇ ਹਾਲੋ ਵਾਹ ਸਾਈਜ਼ ਦੀ 40 42 44 ਜਿਹੜੇ ਸਾਈਜ਼ ਦੀ ਨੀਡ ਹੈ ਉਹ ਸਾਈਜ਼ ਨਾਲ ਮੈਂਸ਼ਨ ਕਰੋ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰੋ ਅਫਗਾਨੀ ਜੀ ਅਫਗਾਨੀ ਆ ਭਾਜੀ ਇਹਦਾ ਰੇਟ ਹੈਗਾ ਜੀ ਪੂਰਾ ਜੈਨੂਇਨ ਰੇਟ ਹੈ 380 ਰੁਪਏ ਚ 3 ਪੀਸ ਦੁਪੱਟਾ ਨਾਲ ਵਾਹ ਜੀ ਆ ਦੇਖੋ 380 ਰੁਪਏ ਦਾ ਜੀ 380 ਰੁਪਏ ਦਾ ਸੂਟ ਦੁਪੱਟੇ ਦੀ ਸਾਈਜ਼ ਦੇਖੋ ਹਾਲੋ ਜੀ 380 ਰੁਪਏ ਦਾ ਅਫਗਾਨੀ ਸੂਟ ਹੈ ਆ ਦੇਖੋ ਕਲਰ ਜੀ ਪੂਰੇ ਆ ਦੇਖੋ ਜੀ ਇਹਦੇ ਚ ਡਿਜ਼ਾਈਨ ਦਾ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਗਏ ਜੀ ਕਿੰਨੇ ਪਿਆਰੇ ਪਿਆਰੇ ਕਲਰ ਆ ਜੀ ਸਕਰੀਨਸ਼ਾਟ ਲਓ ਸਾਨੂੰ WhatsApp ਕਰ ਦਿਓ ਉਸੇ ਟਾਈਮ ਹਾਲੋ ਜੀ ਹਾਲੋ ਕਮਾਲ ਕਰ ਦਿੱਤੀ ਜੀ ਕਮਾਲ ਆ ਗਏ ਜੀ ਨਾਰਕਲੀ ਸੂਟ 480 ਰੁਪਏ ਚ 3 ਪੀਸ ਨਾਰਕਲੀ ਸੂਟ ਦਾ ਆ ਨਾਰਕਲੀ ਸੂਟ ਆ ਗਈ 480 ਰੁਪਏ ਦਾ ਫੋਟੋਆਂ ਨਾਲ ਮੈਂਸ਼ਨ ਕੀਤੀ ਹੈ ਆ ਦੇਖੋ ਜੀ ਆ ਦੇਖੋ ਤਾਂ ਦੇਖੋ ਵੀਡੀਓ ਕਿਦਾਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਲਦੀ ਤੇ ਜਲਦੀ ਵਿਜ਼ਿਟ ਕਰੋ ਜੀ ਜਲਦੀ ਜਲਦੀ ਆਰਡਰ ਕਰੋ ਜੀ ਆਈਕਨ ਜਿਹੜੀ ਚੀਜ਼ ਪੀਕ ਤੇ ਆ ਉਹਦੀ ਤੁਹਾਨੂੰ ਫੋਟੋ ਦਿਖਾ ਰਿਹਾ ਜੀ ਆ ਦੇਖੋ ਨਾਰਕਲੀ ਸੂਟ ਨਾਰਕਲੀ ਫਰੋਕ ਆ ਗਈ ਘੇਰੇ ਦੇਖੋ ਜੀ ਘੇਰੇ ਆ ਦੇਖੋ ਜੀ 20000 ਦਾ ਆਰਡਰ ਕਰੋ 10000 ਦਾ ਕਰੋ ਪਹਿਲਾਂ ਬਿਲਟੀ ਲੈ ਲਓ ਫਿਰ ਪੈਸੇ ਪਾ ਦਿਓ ਪਹਿਲੇ ਪੈਸੇ ਬਾਅਦ ਚ ਪੈਸੇ ਪਾਣਾ ਜੀ ਪਹਿਲੇ ਮਾਲ ਆਰਡਰ ਕਰੋ ਜੀ ਬਸ ਆ ਦੇਖੋ ਭਾਜੀ ਇਹਨਾਂ ਦੇ ਕਲਰ ਦੇਖੋ ਸਾਰੇ ਡਿਫਰੈਂਟ ਕਲਰ ਉਹਦੀ ਨਾਇਰਾ ਦੇ ਸੂਟ ਦਿਖਾ ਰਿਹਾ ਹਾਂ ਮੈਂ ਇੱਕ ਆਰਟੀਕਲ ਤੇ ਲੋ ਜੀ ਆ ਨਾਇਰਾ ਦੇਖ ਲਓ
तो उसके बाद वीडियो करांगे बंद, फिर मिलांगे कल तो नवी वीडियो लाके। वीडियो जल्दी से जल्दी लाइक शेयर करो जी। नायरा सूट जी हां देखो जी 430 रुपए ਦੇ ਵਿੱਚ 430 ਰੁਪਏ ਦਾ ਆ ਗਿਆ ਜੀ ਨਾਇਰਾ। ਆ ਦੇਖੋ ਜੀ ਪਜਾਮਾ ਵੀ ਆਲ ਓਵਰ ਪ੍ਰਿੰਟ ਵਾਲਾ, ਆ ਲੋ ਕੋਈ ਸਿੰਗਲ ਪੀਸ ਨਹੀਂ ਮਿਲੇਗਾ। ਆ ਦੇਖੋ ਹੋਲਸੇਲ ਆ ਮਿਨੀਮਮ। ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ, ਲਾਈਕ ਤੇ ਸ਼ੇਅਰ ਵਾਲਿਆਂ ਨੂੰ ਵਧੀਆ ਵਧੀਆ ਆਫਰ ਆਉਣਾਂ ਦੀ ਆਫਰਾਂ ਮਿਲਣਗੇ ਜੀ ਨਾਲ। ਜੀਐਸਟੀ ਟ੍ਰਾਂਸਪੋਰਟ ਕੋਰੀਅਰ ਫ੍ਰੀ ਹੈ ਜੀ, ਕੱਲ ਫਿਰ ਮਿਲਾਂਗੇ ਜੀ ਤੁਹਾਡੇ ਉੱਤੇ। ਅੱਜ ਇਹਨਾਂ ਜੀ ਬਾਕੀ ਦੇਖੋ ਕੋਈ ਨਵੇਂ ਕਸਟਮਰ ਜੁੜਨਾ ਚਾਹੁੰਦੇ ਆ, ਉਹਨਾਂ ਨਾਲ ਕੋਈ ਫਰੋਡ ਹੋਏ ਹੋਏ ਆ, ਕਈ ਕਸਟਮਰ ਆਨਲਾਈਨ ਡਰਦੇ ਨੇ, ਪਹਿਲਾਂ ਬਿਲਟੀ ਲੈ ਲਿਓ ਫਿਰ ਤੁਸੀਂ ਸਾਨੂੰ ਪੇਮੈਂਟ ਪਾ ਦਿਓ, ਕੋਈ ਇਸ਼ੂ ਨਹੀਂ ਹੈ। ਥੈਂਕ ਯੂ ਜੀ, ਅੱਜ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।